हेलो डियर स्टूडेंट्स एंड वेलकम यू ऑल ऑन दिस क्रिएटिव ऑनलाइन स्टडी चैनल आज दी वीडियो ਵਿੱਚ ਆਪਾਂ ਪੰਜਵੀਂ ਜਮਾਤ ਦੇ ਨਵੇਂ ਵਿਸ਼ੇ ਸਵਾਗਤ ਜ਼ਿੰਦਗੀ ਦੇ ਪਾਠ ਨੰਬਰ 3 ਨੂੰ ਪੜ੍ਹਾਂਗੇ ਔਰ ਸਮਝਾਂਗੇ ਇਸ ਚੈਪਟਰ ਦਾ ਨਾਂ ਕੀ ਹੈ ਜ਼ਿੰਮੇਵਾਰੀ ਠੀਕ ਹੈ ਜੀ ਇਸ ਸਭ ਤੋਂ ਪਹਿਲਾਂ ਦਿੱਤਾ ਗਿਆ ਤੁਸੀਂ ਕਿੰਨਾ जानਦੇ ਹੂੰ ਸਭ ਤੋਂ ਪਹਿਲਾਂ ਕਲਾਸ ਵਿੱਚ ਬੱਚਿਆਂ ਦੀ ਜਿਹੜੀ ਹੈ ਉਹ ਨੌਲੇਜ ਨੂੰ ਚੈੱਕ ਕੀਤਾ ਜਾਂਦਾ ਹੈਗਾ ਟੀਚਰ ਦੁਆਰਾ ਕੋਈ ਵੀ ਚੀਜ਼ ਨੂੰ ਕੋਈ ਵੀ ਟਾਪਿਕ ਪੜ੍ਹਾਉਣ ਤੋਂ ਪਹਿਲਾਂ ਨੌਲੇਜ ਚੈੱਕ ਕੀਤੀ ਜਾਂਦੀ ਹੈ ਕਿ ਉਸ ਟਾਪਿਕ ਨਾਲ ਰਿਲੇਟਡ ਕਿੰਨਾ ਕੁ ਬੱਚਿਆਂ ਨੂੰ ਨੌਲੇਜ ਹੈ ਕਿੰਨੀ ਕੁ ਬੱਚਿਆਂ ਨੂੰ ਜਾਣਕਾਰੀ ਹੈ ਤਾਂ ਹੀ ਉਸ ਟਾਪਿਕ ਨੂੰ ਚੰਗੀ ਤਰ੍ਹਾਂ ਸਮਝਾ ਸਕੇਗਾ ਪਹਿਲਾਂ ਬੱਚਿਆਂ ਦੀ ਪ੍ਰੀਵੀਅਸ ਜਿਹੜੀ ਨੌਲੇਜ ਹੈ ਉਹ ਚੈੱਕ ਕੀਤੀ ਜਾਂਦੀ ਹੈ ਠੀਕ ਹੈ ਜੀ ਪੀਕੇ ਟੈਸਟਿੰਗ ਕਹਿੰਦੇ ਨੇ ਜਮੈਂ ਉਸ ਕੀਤੀ ਜਾਂਦੀ ਹੈ ਠੀਕ ਹੈ ਅਧਿਆਪਕ ਵਿਦਿਆਰਥੀਆਂ ਨੂੰ ਵਿਸ਼ੇ ਨਾਲ ਜੋੜਨ ਲਈ ਸੰਖੇਪ ਪ੍ਰਸ਼ਨ ਪੁੱਛੇਗਾ ਅਧਿਆਪਕ ਹੈ ਜਿਹੜਾ ਟੀਚਰ ਹੈ ਉਹ ਵਿਦਿਆਰਥੀਆਂ ਨੂੰ ਟਾਪਿਕ ਨਾਲ ਜੋੜਨ ਲਈ ਠੀਕ ਹੈ ਜਿਵੇਂ ਜ਼ਿੰਮੇਵਾਰੀ ਟਾਪਿਕ ਨਾਲ ਜੋੜਨ ਲਈ ਕੁਝ ਪ੍ਰਸ਼ਨ ਪੁੱਛੇਗਾ ਜਿਸ ਨਾਲ ਬੱਚਿਆਂ ਦੀ ਨੌਲੇਜ ਚੈੱਕ ਹੋ ਸਕੇਗੀ ਕਿ ਬੱਚਿਆਂ ਨੂੰ ਕਿੰਨੀ ਕ ਜਾਣਕਾਰੀ ਹੈ ਸਭ ਤੋਂ ਪਹਿਲਾ ਪ੍ਰਸ਼ਨ ਕੀ ਪੁੱਛੇਗਾ ਕਿ ਪਰਿਵਾਰ ਵਿੱਚ ਰਹਿਣਾ ਜ਼ਰੂਰੀ ਹੈ ਤਾਂ ਇਸ ਵਿੱਚ ਆਨਸਰ ਜਿਹੜੇ ਨੇ ਬੱਚੇ ਬੱਚਿਆਂ ਤੋਂ ਲੈ ਜਾਣਗੇ ਕਿ ਕਿੱਦਾਂ ਦੇ ਉਹਨਾਂ ਦੇ ਆਨਸਰਸ ਹੈਗੇ ਨੇ ਤਾਂ ਕੀ ਪਰਿਵਾਰ ਵਿੱਚ ਰਹਿਣਾ ਜ਼ਰੂਰੀ ਹੈ ਤਾਂ ਅਨਸਰ ਇਹਦਾ ਕੀ ਹੋ ਸਕਦਾ ਹਰ ਇੱਕ ਵਿਅਕਤੀ ਲਈ ਹਰ ਇੱਕ ਬੱਚੇ ਲਈ ਪਰਿਵਾਰ ਬਹੁਤ ਹੀ ਅਹਿਮੀਅਤ ਰੱਖਦਾ ਹੈ ਤਾਂ ਇਹ ਅਨਸਰ ਕੀ ਹੋ ਸਕਦਾ ਹੈ ਜੀ ਹਾਂ ਪਰਿਵਾਰ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਪਰਿਵਾਰ ਵਿੱਚ ਰੰਦਾ ਹੋਇਆ ਬੱਚਾ ਬਹੁਤ ਸਾਰੀਆਂ ਕਦਰਾਂ ਕੀਮਤਾਂ ਸਿੱਖਦਾ ਹੈ ਠੀਕ ਹੈ ਮਿਲ ਜੁਲ ਕੇ ਰਹਿਣਾ ਸਿੱਖਦਾ ਹੈ ਵੱਡਿਆਂ ਦਾ ਸਤਿਕਾਰ ਕਰਨਾ ਸਿੱਖਦਾ ਹੈ ਛੋਟਿਆਂ ਨੂੰ ਪਿਆਰ ਕਰਨਾ ਸਿੱਖਦਾ ਹੈ ਆਪਣੀ ਉਹਨੂੰ ਸੰਸਕ੍ਰਿਤੀ ਦੇ ਬਾਰੇ ਜਾਣਕਾਰੀ ਹੁੰਦੀ ਹੈ ਠੀਕ ਹੈ ਆਪਣੇ ਸੱਭਿਆਚਾਰ ਬਾਰੇ ਪਤਾ ਲੱਗਦਾ ਹੈ ਜਿਹੜਾ ਇਸ ਲਈ ਪਰਿਵਾਰ ਕੀ ਹੈ ਬਹੁਤ ਹੀ ਜ਼ਰੂਰੀ ਹੈ ਇੱਕ ਬੱਚੇ ਲਈ ਠੀਕ ਹੈ ਜੀ ਪਰਿਵਾਰ ਕੀ ਹੈ ਬੱਚੇ ਦਾ ਇੱਕ ਮਢਲਾ ਸਕੂਲ बोल ਸਕਦੇ ਹੋ ਜਾਂ ਮਢਲਾ ਜੋ ਪਹਿਲਾ ਸਕੂਲ बोल ਸਕਦੇ ਜਿੱਥੇ ਬੱਚਾ ਜਨਮ ਲੈਂਦਾ ਹੈ ਜਿੱਥੇ ਉਹਦਾ ਪਰਵ੍ਰਿਸ਼ ਹੁੰਦੀ ਹੈ ਜਿੱਥੇ ਉਹਦਾ ਪਾਲਣ ਪੋਸ਼ਣ ਹੁੰਦਾ ਉਸ ਦਾ ਚੀਜ਼ ਦਾ ਬੱਚੇ ਤੇ ਬਹੁਤ ਹੀ ਜ਼ਿਆਦਾ ਇਫੈਕਟ ਪੈਂਦਾ ਹੈ ਪ੍ਰਭਾਵ ਬਹੁਤ ਜ਼ਗਾ ਪੈਂਦਾ ਹੈ ਪਰਿਵਾਰ ਬੱਚੇ ਲਈ ਬਹੁਤ ਜ਼ਰੂਰੀ ਹੈ ਸੈਕਿੰਡ ਕੁਐਸਚਨ ਕੀ ਹੈ ਪਰਿਵਾਰ ਵਿੱਚੋਂ ਅਸੀਂ ਕੀ ਕੀ ਪ੍ਰਾਪਤ ਕਰਦੇ ਹਾਂ ਜੀ ਮੈਂ ਕਿ ਪਹਿਲਾਂ ਹੀ ਦੱਸਿਆ ਕਿ ਪਰਿਵਾਰ ਵਿੱਚ ਰਹਿੰਦਾ ਹੋਇਆ ਬੱਚਾ ਬਹੁਤ ਸਾਰੀਆਂ ਕਦਰਾਂ ਕੀਮਤਾਂ ਸਿੱਖਦਾ ਹੈ ਮਿਲ ਜੁਲ ਕੇ ਰਹਿਣਾ ਸਿੱਖਦਾ ਹੈ ਦੂਜੇ ਵੱਡਿਆਂ ਨਾਲ ਵੱਡਿਆਂ ਦਾ ਸਤਿਕਾਰ ਕਰਨਾ ਸਿੱਖਦਾ ਹੈ ਛੋਟਿਆਂ ਨੂੰ ਪਿਆਰ ਕਰਨਾ ਸਿੱਖਦਾ ਹੈ ਸ਼ਹਿਨਸ਼ੀਲਤਾ ਦੀ ਭਾਵਨਾ ਹੁੰਦੀ ਹੈ ਠੀਕ ਹੈ ਇੱਕ ਦੂਜੇ ਦੀ ਕੇਅਰ ਕਰਨ ਦਾ ਜਿਹੜਾ ਗੁਣ ਆਉਂਦਾ ਹੈ ਠੀਕ ਹੈ ਜੀ ਨੈਤਿਕ ਕਦਰਾਂ ਕੀਮਤਾਂ ਨੈਤਿਕ ਮੁੱਲਾਂ ਦਾ ਜਿਹੜਾ ਉਹਨੂੰ ਗਿਆਨ ਹੁੰਦਾ ਹੈ ਪਰਿਵਾਰ ਵਿੱਚੋਂ ਹੀ ਹੁੰਦਾ ਹੈ ਇਸ ਲਈ ਪਰਿਵਾਰ ਵਿੱਚ ਰਹਿੰਦਾ ਹੋਇਆ ਬੱਚਾ ਬਹੁਤ ਹੀ ਕੁਝ ਬਹੁਤ ਕੁਝ ਸਿੱਖਦਾ ਹੈ ਨੈਕਸਟ ਕੁਐਸਚਨ ਹੈ ਕੀ ਸਾਨੂੰ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨਣਾ ਚਾਹੀਦਾ ਹੈ ਬੱਚਿਆਂ ਦਾ ਆਨਸਰ ਕੀ ਹੋਣਾ ਚਾਹੀਦਾ ਇੱਥੇ ਕੀ ਹੋਣਾ ਚਾਹੀਦਾ ਜੀ ਹਾਂ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨਣਾ ਚਾਹੀਦਾ ਹੈ ਅਗਲਾ ਕੁਐਸਚਨ ਹੈ ਮਾਤਾ ਪਿਤਾ ਦੁਆਰਾ ਦਿੱਤੇ ਕੰਮ ਨੂੰ ਕਿਸ ਤੰਗ ਨਾਲ ਕਰਨਾ ਚਾਹੀਦਾ ਹੈ ਕਿਸ ਤੰਗ ਨਾਲ ਕਰਨਾ ਚਾਹੀਦਾ ਜੇ ਕੋਈ ਮਾਤਾ ਪਿਤਾ ਜੇ ਕੋਈ ਕੋਈ ਕਿਸੇ ਦਾ ਪੇਰੈਂਟਸ ਉਹਨਾਂ ਨੂੰ ਕੰਮ ਦੇ ਰਿਹਾ ਤਾਂ ਬੱਚੇ ਨੂੰ ਕਿਸ ਤਰ੍ਹਾਂ ਕੰਮ ਕਰਨਾ ਚਾਹੀਦਾ ਮਨਾ ਕਰ ਦੇਣਾ ਚਾਹੀਦਾ ਕਿ ਮੈਂ ਨਹੀਂ ਕਰਨਾ ਨੋ ਬਲਕਿ ਕੀ ਕਰਨ ਜੇ ਜੇਕਰ ਕੰਮ ਦਿੱਤਾ ਤਾਂ ਆਪਣੀ ਰਿਸਪਾਂਸਿਬਿਲਟੀ ਸਮਝਦੇ ਹੋਏ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਸ ਕੰਮ ਨੂੰ ਮਿਹਨਤ ਨਾਲ ਪੂਰੀ ਲਗਨ ਨਾਲ ਕਰਨਾ ਚਾਹੀਦਾ ਹੈ ਠੀਕ ਹੈ ਜੀ ਅਧਿਆਪਕ ਵਿਦਿਆਰਥੀਆਂ ਨੂੰ ਅਧਿਆਪਕ ਵਿਦਿਆਰਥੀਆਂ ਨੂੰ ਅਖੀਰਲਾ ਪ੍ਰਸ਼ਨ ਵਿਸਤਾਰ ਵਿੱਚ ਸਮਝਾਏਗਾ ਤੇ ਮੁੱਖ ਵਿਸ਼ੇ ਨੂੰ ਦੱਸੇਗਾ ਜਿਵੇਂ ਕਿ ਮੈਂ ਕਿਹਾ ਨਾ ਪਿਛੇ ਕਿ ਮਾਤਾ ਪਿਤਾ ਦੁਆਰਾ ਦਿੱਤੇ ਕੰਮ ਨੂੰ ਪੂਰੀ ਮਿਹਨਤ ਲਗਨ ਨਾਲ اپنی ذمہ داری سمجھਦੇ ਹੋਏ کرنا ਚਾਹੀਦਾ ਹੈ ਤਾਂ ਇਥੋਂ ਹੀ ਬੱਚੇ ਨੂੰ ਇਥੋਂ ਹੀ ਜਿਹੜਾ ਟੀਚਰ ਹੈ ਉਹ ਕਲਾਸ ਵਿੱਚ ਜ਼ਿੰਮੇਵਾਰੀ ਜਿਹੜਾ ਟਾਪਿਕ ਹੈ ਉਸ ਨੂੰ ਇੰਟਰੋਡਿਊਸ ਕਰਾਏਗਾ ਕਿ ਜ਼ਿੰਮੇਵਾਰੀ ਅੱਜ ਆਪਾਂ ਅੱਜ ਦਾ ਜਿਹੜਾ ਪੜਾਉਣ ਦਾ ਜਿਹੜਾ ਟਾਪਿਕ ਹੈ ਕਲਾਸ ਵਿੱਚ ਪੜਾਉਣ ਦਾ ਟਾਪਿਕ ਕੀ ਹੈ ਜ਼ਿੰਮੇਵਾਰੀ ਠੀਕ ਹੈ ਜੀ ਅ ਅੜਾਪਾਗੇ ਜ਼ਿੰਮੇਵਾਰੀ ਨੂੰ ਕਿਵੇਂ ਜਾਣੀਏ ਅਤੇ ਸਮਝੀਏ ਜ਼ਿੰਮੇਵਾਰੀ ਨੂੰ ਸਿੱਧਾ ਜਾਣ ਸਕਦੇ ਆ ਵੀ ਕਿਵੇਂ ਜ਼ਿੰਮੇਵਾਰੀ ਨਿਭਾਉਣੀ ਹੈ ਕਿਦਾਂ ਉਸ ਨੂੰ ਸਮਝ ਸਕਦੇ ਆ ਤਾਂ ਇਸ ਲਈ ਇੱਕ ਮਾਈਂਡ ਮੈਪ ਦਿੱਤਾ ਗਿਆ ਹੈ ਜ਼ਿੰਮੇਵਾਰੀ ਆ ਸਾਰੇ ਹੀ ਕੀ ਨੇ ਜਿਹੜੇ ਚਾਰ ਪਾਰਟਸ ਦਿਖਾਈ ਗਏ ਨੇ ਰਾਉਂਡਸ 'ਚ ਤਾਂ ਇਹ ਸਾਰੇ ਜ਼ਿੰਮੇਵਾਰੀ ਦਾ ਹੀ ਪਾਰਟ ਨੇ ਉਸ ਨੂੰ ਜ਼ਿੰਮੇਵਾਰੀ ਸੀ ਕਿਸ ਤਰ੍ਹਾਂ ਨਿਭਾ ਸਕਦੇ ਆ ਮੈਂ ਕੰਮ ਨੂੰ ਸਮੇਂ ਸਿਰ ਕਰਾਂਗਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਜ਼ਿੰਮੇਵਾਰੀ ਦਾ ਹੀ ਇੱਕ ਹਿੱਸਾ ਹੁੰਦਾ ਹੈ ਜੇਕਰ ਅਸੀਂ ਕਿਸੇ ਦਿੱਤੇ ਕੰਮ ਨੂੰ ਸਮੇਂ ਸਿਰ ਕਰਦੇ ਆ ਠੀਕ ਹੈ ਸਮੇਂ ਤੋਂ ਬਾਤ ਕਰਦੇ ਆ ਤਾਂ ਉਸ ਚੀਜ਼ ਦਾ ਉਨਾ ਫਾਇਦਾ ਨਹੀਂ ਰਹਿੰਦਾ ਉਨਾ ਉਸ ਦੀ ਰਿਸਪੈਕਟ ਨਹੀਂ ਹੁੰਦੀ ਉਸ ਕੰਮ ਦੀ ਜੇਕਰ ਅਸੀਂ ਕੰਮ ਨੂੰ ਸਮੇਂ ਸਿਰ ਕਰਦੇ ਆ ਤਾਂ ਉਹ ਕੰਮ ਦੀ ਵੈਲਿਊ ਹੁੰਦੀ ਹੈ ਜਿਸ ਤਰ੍ਹਾਂ ਕਿ ਬੱਚਿਆਂ ਨੂੰ ਵੀ ਕਲਾਸ 'ਚ ਕਿਹਾ ਜਾਂਦਾ ਕਿ ਕਾਪੀਜ਼ ਜਿਹੜਾ ਵੀ ਕੰਮ ਟੀਚਰਜ਼ ਵੱਲੋਂ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਸਮੇਂ ਸਿਰ ਕਰਾਂਗੇ ਤਾਂ ਉਹ ਬੱਚੇ ਕੀ ਹੁੰਦੇ ਨੇ ਇੰਟੈਲੀਜੈਂਟ ਹੁੰਦੇ ਨੇ ਟੀਚਰ ਦੇ ਫੇਵਰਟ ਬਣ ਜਾਂਦੇ ਨੇ ਹੁੰਦਾ ਨਾ ਇਦਾਂ ਕੁਝ ਬੱਚੇ ਹੁੰਦੇ ਆ ਕਾਪੀ ਬਣਾ ਤਾਂ ਲੈਂਦੇ ਆ ਪਰ ਬਹੁਤ ਹੀ ਕਹਿਣ ਤੇ ਅੱਜ ਨਹੀਂ ਬਣਾਈ ਖੜੇ ਹੋ ਜਾਂਦੇ ਨੇ ਠੀਕ ਹੈ ਇਸ ਲਈ ਕੀ ਕਹਿੰਦਾ ਆਪਣੇ ਕੰਮ ਨੂੰ ਸਮੇਂ ਸਿਰ ਕਰਨਾ ਇੱਕ ਰਿਸਪਾਂਸਿਬਿਲਟੀ ਦਾ ਹੀ ਹਿੱਸਾ ਹੁੰਦਾ ਇੱਕ ਜ਼ਿੰਮੇਵਾਰੀ ਦਾ ਹੀ ਹਿੱਸਾ ਹੈ ਜੇਕਰ ਤੁਸੀਂ ਆਪਣੇ ਕੰਮ ਨੂੰ ਸਮੇਂ ਸਿਰ ਕਰਦੇ ਹੋ ਤਾਂ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹੋ ਜੇਕਰ ਕੰਮ ਸਮੇਂ ਸਿਰ ਨਹੀਂ ਕਰਦੇ ਤਾਂ ਤੁਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਠੀਕ ਤਰੀਕੇ ਨਾਲ ਮੈਂ ਕੰਮ ਨੂੰ ਮਿਹਨਤ ਨਾਲ ਕਰਾਂਗਾ ਠੀਕ ਹੈ ਕੋਈ ਵੀ ਕੰਮ ਜੋ ਵੀ ਤੁਹਾਨੂੰ ਅਲਾਟ ਕੀਤਾ ਗਿਆ ਹੈ ਜੋ ਵੀ ਤੁਹਾਨੂੰ ਦਿੱਤਾ ਗਿਆ ਉਸ ਕੰਮ ਨੂੰ ਪੂਰੀ ਮਿਹਨਤ ਨਾਲ ਕਰਨਾ ਠੀਕ ਹੈ ਇਹ ਵੀ ਕੀ ਹੈ ਤੁਹਾਡੀ ਰਿਸਪੌਂਸਿਬਿਲਟੀ ਦਾ ਹੀ ਹਿੱਸਾ ਹੈ ਅਗਲਾ ਹੈ ਮੈਂ ਕੰਮ ਨੂੰ ਲਗਨ ਨਾਲ ਕਰਾਂਗਾ ਮੈਂ ਕੰਮ ਨੂੰ ਲਗਨ ਨਾਲ ਕਿਸੇ ਕੰਮ ਨੂੰ ਕਰਨਾ ਇਹ ਵੀ ਇੱਕ ਜ਼ਿੰਮੇਵਾਰੀ ਦਾ ਹਿੱਸਾ ਹੈ ਜੇਕਰ ਤੁਸੀਂ ਕਿਸੇ ਕੰਮ ਨੂੰ ਸਮੇਂ ਸਿਰ ਕਰਦੇ ਹੋ ਮਿਹਨਤ ਨਾਲ ਕਰਦੇ ਹੋ ਲਗਨ ਨਾਲ ਕਰਦੇ ਹੋ ਤਾਂ ਜ਼ਿੰਮੇਵਾਰੀ ਤੁਸੀਂ ਆਪਣੀ ਬਹੁਤ ਇੱਕ ਬਖੂਬੀ ਨਿਭਾ ਰਹੇ ਹੋ ਲਗਨ ਨਾਲ ਕੰਮ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਮਨ ਲਗਾ ਕੇ ਕੰਮ ਕਰਨਾ ਦਿਲ ਲਗਾ ਕੇ ਕੰਮ ਕਰਨਾ ਕੋਈ ਵੀ ਜੇ ਕੰਮ ਮਿਲਦਾ ਹੈ ਤਾਂ ਉਸ ਨੂੰ ਪੂਰੀ ਲਗਨ ਨਾਲ ਕਰਦੇ ਹੋ ਦਿਲ ਲਗਾ ਕੇ ਕਰਦੇ ਹੋ ਤਾਂ ਉਹ ਲਗਨ ਨਾਲ ਕੰਮ ਕਰਨਾ ਹੁੰਦਾ ਹੈ ਪਰ ਜੇਕਰ ਕਿਸੇ ਕੰਮ ਨੂੰ ਤੁਸੀਂ ਬੋਝ ਸਮਝ ਕੇ ਕਰਦੇ ਹੋ ਤਾਂ ਲਗਨ ਨਾਲ ਕੰਮ ਕਰਨਾ ਨਹੀਂ ਹੋਇਆ ਅਗਲੇ ਮੈਂ ਕੰਮ ਨੂੰ ਵਫਾਦਾਰੀ ਨਾਲ ਕਰਾਂਗਾ ਤੇ ਕਿਸੇ ਵੀ ਕੰਮ ਜੋ ਵੀ ਕੰਮ ਮਿਲਦਾ ਉਸ ਨੂੰ ਵਫਾਦਾਰੀ ਨਾਲ ਕਰਨਾ ਚਾਹੀਦਾ ਹੈ ਅਗਲਾ ਹੈ ਇਸ ਵਿੱਚ ਕੀ ਹੋਇਆ ਇਸ ਸਟੇਜ ਨੂੰ ਸਮਝਾਉਣ ਤੋਂ ਬਾਅਦ ਇਸ ਦੀ ਡੈਫੀਨੇਸ਼ਨ ਦਿੱਤੀ ਗਈ ਹੈ ਕਿ ਜ਼ਿੰਮੇਵਾਰੀ ਹੁੰਦੀ ਕੀ ਹੈ ਕਿਸੇ ਵੀ ਕੰਮ ਨੂੰ ਮਿਹਨਤ ਲਗਨ ਵਫਾਦਾਰੀ ਅਤੇ ਸਮੇਂ ਸਿਰ ਕਰਨਾ ਹੀ ਜ਼ਿੰਮੇਵਾਰੀ ਹੈ ਠੀਕ ਹੈ ਇਹ ਸਾਰੀਆਂ ਚੀਜ਼ਾਂ ਜੇਕਰ ਤੁਸੀਂ ਕਰਦੇ ਹੋ ਤਾਂ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹੋ ਇਸ ਚੀਜ਼ ਹੈ ਇਸ ਵਿੱਚ ਜ਼ਿੰਮੇਵਾਰੀ ਪਰਿਭਾਸ਼ਾ ਦਿੱਤੀ ਗਈ ਹੈ ਮੀਨਿੰਗ ਦੱਸਿਆ ਗਿਆ ਕਿ ਜ਼ਿੰਮੇਵਾਰੀ ਹੁੰਦੀ ਕੀ ਹੈ ਠੀਕ ਹੈ ਜ਼ਿੰਮੇਵਾਰੀ ਕੀ ਹੁੰਦੀ ਹੈ ਕਿਸੇ ਕੰਮ ਨੂੰ ਸਮੇਂ ਸਿਰ ਕਰਨਾ ਮਿਹਨਤ ਨਾਲ ਕਰਨਾ ਵਫਾਦਾਰੀ ਨਾਲ ਕਰਨਾ ਠੀਕ ਹੈ ਲਗਨ ਲਗਾ ਕੇ ਕਰਨਾ ਇਹ ਸਾਰੀ ਤੁਸੀਂ ਕੀ ਹੈ ਜ਼ਿੰਮੇਵਾਰੀ ਹੈ ਨੈਕਸਟ ਹੈ ਜ਼ਿੰਮੇਵਾਰੀ ਦਾ ਖੇਤਰ ਜਿੰਮੇਵਾਰੀ ਦਾ ਖੇਤਰ ਕਿੰਨਾ ਹੈ ਕਿੰਨੀ ਕੇ ਵਿਸ਼ਾਲ ਹੈ ਉਸ ਵਾਰੇ ਸਕੋਪ ਕੀ ਹੈ ਠੀਕ ਹੈ ਬੱਚੇ ਪਰਿਵਾਰ ਵਿੱਚ ਰਹਿੰਦੇ ਹੋਏ ਵੱਖ-ਵੱਖ ਤਰ੍ਹਾਂ ਨਾਲ ਜ਼ਿੰਮੇਵਾਰ ਬਣ ਸਕਦੇ ਹਨ ਅਲੱਗ-ਅਲੱਗ ਪੱਖਾਂ ਤਹਿਤ ਇੱਕ ਤੋਂ ਵੱਧ ਪੱਖਾਂ ਪ੍ਰਤੀ ਜ਼ਿੰਮੇਵਾਰ ਹੋ ਸਕਦੇ ਹਨ ਠੀਕ ਹੈ ਬੱਚੇ ਜਿਹੜੇ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਜ਼ਿੰਮੇਵਾਰ ਬਣ ਸਕਦੇ ਨੇ ਕਿਵੇਂ ਉਸ ਵਾਰੇ نیچے ਦਿੱਤਾ ਗਿਆ ਹੈ ਮਾਤਾ ਪਿਤਾ ਵੱਡਿਆਂ ਪ੍ਰਤੀ ਔਰ ਵੱਡਿਆਂ ਪ੍ਰਤੀ ਅਸੀਂ ਕਿਵੇਂ ਜ਼ਿੰਮੇਵਾਰ ਬਣ ਸਕਦੇ ਹਾਂ ਕਿਵੇਂ ਬਣ ਸਕਦੇ ਹਾਂ ਕਹਿਣਾ ਮੰਨਣਾ ਠੀਕ ਹੈ ਕਿਵੇਂ ਕਰ ਸਕਦੇ ਆ ਕਿ ਅਸੀਂ ਵੱਡਿਆਂ ਦਾ ਕਹਿਣਾ ਮੰਨੀਏ ਔਰ ਆਪਣੇ ਮਾਤਾ ਪਿਤਾ ਦਾ ਔਰ ਵੱਡਿਆਂ ਦਾ ਕਹਿਣਾ ਮੰਨ ਕੇ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਸਕਦੇ ਆ ਕਹੀ ਗੱਲ ਦਾ ਵਿਰੋਧ ਜਾਂ ਗੁੱਸਾ ਨਾ ਕਰਨਾ ਉਹਨਾਂ ਦੁਆਰਾ ਜੋ ਵੀ ਗੱਲ ਕਹੀ ਜਾਂਦੀ ਆ ਉਸ ਦਾ ਵਿਰੋਧ ਨਾ ਕਰਨਾ ਔਰ ਗੁੱਸਾ ਨਹੀਂ ਕਰਨਾ ਠੀਕ ਹੈ ਅੱਜ ਕੱਲ ਦਾ ਟਾਈਮ ਕਿਦਾਂ ਆ ਗਿਆ ਕਿ ਬਹੁਤ ਹੀ ਜ਼ਿਆਦਾ ਬੱਚਿਆਂ 'ਚ ਗੁੱਸਾ ਆ ਰਿਹਾ ਹੈ ਉਸ ਚੀਜ਼ ਨੂੰ ਆਪਾਂ ਨੂੰ ਘਟ ਕਰਨਾ ਪਵੇਗਾ ਬੱਚਿਆਂ ਕੀ ਆ ਜ਼ਿੰਮੇਵਾਰ ਹੋਣਗੇ ਜਿਹੜੇ ਅੱਗੇ ਨਹੀਂ ਬੋਲਣਗੇ ਠੀਕ ਹੈ ਕਿਸੇ ਦਾ ਪੁੱਠਾ ਜਵਾਬ ਨਹੀਂ ਦੇਣਗੇ ਕਿਸੇ ਚੀਜ਼ ਅਬਰੋਧ ਨਹੀਂ ਕਰਨਗੇ ਉਸ ਨੂੰ ਸਤਿਕਾਰ ਕਰਦੇ ਹੋਏ ਉਹਨਾਂ ਦੇ ਅੱਗੇ ਨਹੀਂ ਬੋਲਣਗੇ ਠੀਕ ਹੈ ਕਿਸੇ ਚੀਜ਼ ਨੂੰ ਗੁੱਸੇ ਨਾਲ ਜਵਾਬ ਨਹੀਂ ਦੇਣਗੇ ਉਹ ਕੀ ਹੈ ਉਹ ਜ਼ਿੰਮੇਵਾਰੀ ਬੱਚੀ ਹੋਣਗੇ ਕਹੀ ਗੱਲ ਨੂੰ ਧਿਆਨ ਵਿੱਚ ਰੱਖਣਾ ਜੋ ਵੀ ਬੱਚੇ ਮਾਤਾ ਪਿਤਾ ਜਾਂ ਵੱਡਿਆਂ ਦੁਆਰਾ ਜੋ ਵੀ ਗੱਲ ਕਹੀ ਜਾਂਦੀ ਉਸ ਨੂੰ ਆਪਣੇ ਧਿਆਨ ਵਿੱਚ ਰੱਖਣਾ ਹਮੇਸ਼ਾ ਮਨ ਵਿੱਚ ਰੱਖਣਾ ਕਿ ਮੇਰੇ ਮਾਤਾ ਪਿਤਾ ਨੇ ਮੈਨੂੰ ਇਹ ਸਿੱਖਿਆ ਦਿੱਤੀ ਹੈ ਤੇ ਮੈਂ ਇਦਾਂ ਦਾ ਕੰਮ ਨਹੀਂ ਕਰਨਾ ਜੇਕਰ ਤੁਸੀਂ ਉਸ ਦੇ ਉਲਟ ਕੰਮ ਕਰਦੇ ਹੋ ਤਾਂ ਤੁਸੀਂ ਆਪਣੇ ਮਾਤਾ ਪਿਤਾ ਦੀ ਸਿੱਖਿਆ ਦੇ ਖਿਲਾਫ ਕੰਮ ਕਰਦੇ ਹੋ अगला है घरेलू कमां प्रति जिम्मेवारी पहला सी माता पिता प्रति थोड़ी की जिम्मेवारी है हूँ घरेलू कम्मा घरेलू मतलब घर के प्रति थोड़ी की जिम्मेवारी होनी चाहिए समय सिर उठना की होनी चाहिए है कि समय सिर उठो ठीक है सब तो पहला काम यही है ना ਕਿ ਬੱਚੇ ਜ਼ਿਆਦਾਤਰ ਹੁੰਦਾ ਵੀ ਮੈਂ ਅਜੇ ਨਹੀਂ ਉੱਟਣਾ ਮੈਂ ਕਿਹੜਾ ਕੋਈ ਕੰਮ ਕਰਨਾ ਸੀ ਲੋਟੀਆਂ ਨਾ ਤਾਂ ਬੱਚਿਆਂ ਦਾ ਜਿਹੜੀ ਕੀ ਹੈ ਸਭ ਤੋਂ ਪਹਿਲਾਂ ਕਿ ਰਿਸਪੌਂਸਿਬਿਲਟੀ ਕੀ ਨਿਭਾ ਸਕਦੇ ਆ ਕਿ ਉਸ ਸਮੇਂ ਸਿਰ ਉੱਠ ਕੇ ਆਪਣੀ ਜ਼ਿੰਮੇਵਾਰੀ ਨਿਭਾ ਸਕਦੇ ਨੇ ਸਰੀਰ ਦੀ ਸਫਾਈ ਇਸ ਤੋਂ ਇਲਾਵਾ ਆਪਣੀ ਬਾਡੀ ਦੀ ਖੁਦ ਸਵਾਈ ਕਰਨੀ ਚਾਹੀਦੀ ਹੈ ਨਹਾਉਣਾ ਚਾਹੀਦਾ ਹੈ ਬਰਸ਼ ਕਰਨਾ ਚਾਹੀਦਾ ਹੈ ਇੰਨੀ ਕਿ ਬੱਚਿਆਂ ਨੂੰ ਆਪਣੇ ਤੌਰ ਤੇ ਰਿਸਪੌਂਸਿਬਿਲਟੀ ਆਪਣੀ ਸਮਝਣੀ ਚਾਹੀਦੀ ਹੈ ਕਿ ਅਸੀਂ ਇਹ ਕੰਮ ਖੁਦ ਕਰਨੇ ਨੇ ਕਿਸੇ ਦੇ ਡਿਪੈਂਡੈਂਟ ਨਹੀਂ ਰਹਿਣਾ ਹੈਗਾ ਤੇ ਨਹਾਉਣਾ ਆਪਣੇ ਸਿਰ ਠੀਕ ਹੈ ਨਾ ਘਰ ਦੀ ਸਾਮ ਸਵਾਲ ਇਸ ਤੋਂ ਲਗਾ ਘਰ ਦੀ ਜਿਹੜੀ ਸਾਮ ਸੰਭਾਲ ਵਿੱਚ ਵੀ ਆਪਣੇ ਮਾਤਾ ਪਿਤਾ ਦੀ ਸਹਾਇਤਾ ਕਰਕੇ ਇਸ ਤਰ੍ਹਾਂ ਆਪ ਆਪਣੀ ਜ਼ਿੰਮੇਵਾਰੀ ਨਿਭਾ ਸਕਦੇ ਹਾਂ ਅਗਲਾ ਹੈ ਆਓ ਜ਼ਿੰਮੇਵਾਰੀ ਨੂੰ ਅਪਣਾਈਏ ਇਸ ਤੋਂ ਲਗਾ ਹੋਰ ਕਿਸ ਤਰ੍ਹਾਂ ਅਪਣਾ ਸਕਦੇ ਹਾਂ ਉਸ ਲਈ ਵੀ ਕਹੇ ਸਰੀਰ ਦੀ ਸਫਾਈ ਕਰਕੇ ਠੀਕ ਹੈ ਬੱਚਿਆਂ ਲਈ ਹੈ ਆਪਣੇ ਪਹਿਲਾਂ ਸਭ ਤੋਂ ਪਹਿਲਾਂ ਕੀ ਕੰਮ ਹੈ ਸਭ ਤੋਂ ਪਹਿਲੀ ਜ਼ਿੰਮੇਵਾਰੀ ਆਪਣੇ ਆਪਣੀ ਆਪਣੇ ਸਰੀਰ ਦੇ ਪ੍ਰਤੀ ਆਪਣੇ ਬਾਡੀ ਦੇ ਪ੍ਰਤੀ ਹੈ ਜੇਕਰ ਤੁਸੀਂ ਆਪਣੇ ਲਈ ਨਹੀਂ ਆਪਣਾ ਟਾਈਮ ਨਹੀਂ ਕੱਢ ਸਕਦੇ ਤਾਂ ਤੁਸੀਂ ਸਮਾਜ ਲਈ ਜਾਂ ਆਪਣੇ ਮਾਤਾ ਪਿਤਾ ਲਈ ਨਹੀਂ ਕੱਢ ਸਕਦੇ ਇਸ ਲਈ ਸਭ ਤੋਂ ਪਹਿਲਾ ਇੰਪੋਰਟੈਂਟ ਕੰਮ ਜਿਹੜਾ ਕੀ ਹੈ ਤੁਹਾਡੀ ਖੁਦ ਦੀ ਸਰੀਰ ਦੀ ਸਫਾਈ ਹੈ ਤੰਦਰੁਸਤੀ ਹੈ ਜੇਕਰ ਤੁਸੀਂ ਤੰਦਰੁਸਤ ਹੋਗੇ ਤਾਂ ਹੀ ਤੁਹਾਡਾ ਕੰਮ ਕਰਨ ਨੂੰ ਅੱਗੇ ਦਿਲ ਕਰੂ ਠੀਕ ਹੈ ਸਰੀਰ ਦੀ ਸਫਾਈ ਰੋਜ਼ ਨਹਾਉਣਾ ਸਮੇਸਿਰ ਨਹਾਉਣਾ ਠੀਕ ਹੈ ਨਾ ਕਈ ਕੀ ਕਿ ਗੱਦ ਕਰਦੇ ਨੇ ਰੋਜ਼ ਤਾਂ ਨਹਾ ਲੈਂਦੇ ਨਹੀਂ ਪਰ ਬਣਾਉਂਦੇ ਜਿਵੇਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਦਾਂ ਹੀ ਬੈਠ ਰਹੇ ਨੇ ਰਾਤ ਨੂੰ ਨਹਾਉਣ ਬੈਹ ਜਾਂਦੇ ਨੇ ਠੀਕ ਹੈ ਸਮੇਸਿਰ ਨਾ ਹੋਣਾ ਵੀ ਇੰਪੋਰਟੈਂਟ ਹੈ ਠੀਕ ਹੈ ਦੰਦ ਸਾਫ ਕਰਨਾ ਵਾਲਾਂ ਦੀ ਸਫਾਈ ਇਸ ਤੋਂ ਇਲਾਵਾ ਨਹਾਉਣ ਦੀ ਸਫਾਈ ਸਾਫ ਸੁਥਰੇ ਕੱਪੜੇ ਪਹਿਨਣਾ ਕੱਪੜਿਆਂ ਦੀ ਸਫਾਈ ਠੀਕ ਹੈ ਇਹ ਸਿਗੀ ਸਫਾਈ ਦਾ ਕਿਦਾਂ ਅਪਣਾ ਸਕਦੇ ਹਾਂ ਅਸੀਂ ਨੈਕਸਟ ਹੈ ਕੀ ਠੀਕ ਪੰਜਵਾ ਹੈ ਕੀ ਠੀਕ ਹੈ ਅਤੇ ਕੀ ਗਲਤ ਅਤੇ ਕਿਉਂ ਦੱਸੋ ਇਹਨਾਂ ਵਿੱਚੋਂ ਜਿਹੜੇ ਨੀਤੇ ਦਿੱਤਾ ਗਿਆ ਹੈ ਇਹਨਾਂ ਵਿੱਚੋਂ ਕਿਹੜੀਆਂ ਚੀਜ਼ਾਂ ਠੀਕ ਨੇ ਔਰ ਕਿਹੜੀਆਂ ਚੀਜ਼ਾਂ ਨੇ ਜਿਹੜੇ ਕਿੜੀਆਂ ਸਟੇਟਮੈਂਟਸ ਨੇ ਗਿਆ ਉਹ ਗਲਤ ਨੇ ਜੇ ਗਲਤ ਨੇ ਤਾਂ ਕਿਉਂ ਨੇ ਜੇ ਠੀਕ ਨੇ ਤਾਂ ਕਿਉਂ ਠੀਕ ਨੇ ਠੀਕ ਹੈ ਤਾਂ ਇੱਥੇ ਆਪ ਲਗਾਵਾਂਗੇ ਸਭ ਤੋਂ ਪਹਿਲਾਂ ਹੈ ਸਫਾਈ ਠੀਕ ਹੁੰਦੀ ਹੈ ਸਫਾਈ ਠੀਕ ਹੁੰਦੀ ਹੈ ਜੇ ਗਲਤ ਤਾਂ ਠੀਕ ਤਾਂ ਆਪ ਇੱਥੇ ਠੀਕ ਦਾ ਨਿਸ਼ਾਨ ਲਗਾ ਦਾਂਗੇ ਔਰ ਕਿਉਂ ਹੁੰਦੀ ਹੈ ਤਾਂ ਅਨਸਰ ਹੈ ਸਫਾਈ ਸਾਡੇ ਲਈ ਬਹੁਤ ਜ਼ਰੂਰੀ ਹੈ ਇਹ ਮਨੁੱਖ ਨੂੰ ਤੰਦਰੁਸਤ ਰੱਖਣ ਇਹ ਮਨੁੱਖ ਨੂੰ ਤੰਦਰੁਸਤ ਰੱਖਦੀ ਹੈ ਅਤੇ ਬਿਮਾਰੀਆਂ ਤੋਂ ਮੁਕਤ ਬਣਾਉਂਦੀ ਹੈ ਠੀਕ ਹੈ ਜੀ ਇਹ ਜਿਹੜਾ ਸੀਗਾ ਇਹ ਸਫਾਈ ਠੀਕ ਰੱਖਣ ਦਾ ਕਾਰਨ ਸੀ ਠੀਕ ਹੋਣ ਦਾ ਕਾਰਨ ਸੀਗਾ ਕਿਉਂਕਿ ਉਹਨਾਂ ਨੇ ਕਾਰਨ ਵੀ ਪੁੱਛਿਆ ਨਾ ਕਿਉਂ ਅਗਲਾ ਹੈ ਨਹਾਉਣਾ ਨਹੀਂ ਚਾਹੀਦਾ ਕੀ ਸਹੀ ਹੈ ਜਾਂ ਗਲਤ ਸਾਨੂੰ ਰੋਜ਼ ਨਹਾਉਣਾ ਚਾਹੀਦਾ ਨਾ ਤਾਂ ਇਸ ਕੀ ਮਤਲਬ ਹੈ ਕਿ ਇਹ ਜਿਹੜਾ ਵਾਕਿਆ ਉਹ ਉਹ ਗਲਤ ਹੈ असं की लिखा क्यों आ, क्यों गलत है सू हर रोज नहाना चाहिए है ये सा तंदरुस्ती बहुत जरूरी है अगला तीसरा है नहों समय सिर कटना चाहिए कि सूहों को समय सिर कटना चाहिए जो लंबे लंबे रखने चाहिए ने तो यह आंसर है सही है सू अपने नहों को समय सिर कट्ट चाहिए क्यों नौह समय सिर कटना चाहिए है ਕਿਉਂਕਿ ਵਦੇ ਹੋਏ ਨੋਹਾ ਵਿੱਚ ਫਸੀ ਜਿਹੜੀ ਗੰਦਗ ਫਸੀ ਹੋਈ ਗੰਦਗੀ ਭੋਜਨ ਦੇ ਰਾਹੀਂ ਸਾਡੇ ਸਰੀਰ ਦੇ ਅੰਦਰ ਚਲੀ ਜਾਂਦੀ ਹੈ ਅਤੇ ਇਹ ਸਾਨੂੰ ਰੋਗੀ ਬਣਾਉਂਦੀ ਹੈ। ਬਿਮਾਰੀਆਂ ਹੋ ਲੱਗ ਜਾਂਦੀਆਂ ਨੇ ਜੇਕਰ ਇਹ ਸਾਡੇ ਸਰੀਰ ਦੇ ਅੰਦਰ ਜਿਹੜੀ ਗੰਦਗੀ ਜਾਣ ਦੇਣਾ ਠੀਕ ਹੈ ਨਾ। ਚੌਥਾ ਹੈ ਬਾਲ ਮਹੀਨੇ ਵਿੱਚ ਇੱਕ ਵਾਰ ਧੋਵੋ। ਵਾਰ ਜਿਹੜੇ ਨਹੀਂ ਉਹ ਮਹੀਨੇ ਵਿੱਚ ਕਿੰਨੀ ਵਾਰ ਧੋਣੇ ਚਾਹੀਦੇ ਨੇ? ਇੱਕ ਵਾਰ ਹੀ। ਫਿਰ ਤਾਂ ਬਹੁਤ ਗੰਦੇ ਹੋ ਤੁਸੀਂ ਹਨਾ। ਕਿੰਨੀ ਵਾਰ ਤੁਹਾਨੂੰ ਚਾਹੀਦੇ ਨੇ? ਵਾਲ ਹਫਤੇ ਵਿੱਚ ਹਫਤੇ ਵਿੱਚ ਮਤਲਬ 7 ਦਿਨਾਂ ਵਿੱਚ 2 ਵਾਰ ਜ਼ਰੂਰਤ ਹੋਣੇ ਚਾਹੀਦੇ ਨੇ। ਤਾਂ ਇਸ ਦਾ ਮਤਲਬ ਕੀ ਹੈ? A ਕੀ ਹੈ? ਰੋਂਗ ਹੈ। ਠੀਕ ਹੈ ਗਲਤ ਹੈ। ਵਾਲ ਮਹੀਨੇ ਵਿੱਚ ਇੱਕ ਵਾਰ ਨਹੀਂ ਧੋਣੇ। ਗੰਦੇ ਬੱਚੇ ਹੁੰਦੇ ਆ ਬਹੁਤ ਜ਼ਿਆਦਾ ਗੰਦੇ ਵਿੱਚ ਹੁੰਦੇ ਉਹ। ਠੀਕ ਹੈ ਜੀ। ਤਾਂ ਵਾਲ ਮਹੀਨੇ ਵਿੱਚ ਇੱਕ ਵਾਰ ਨਹੀਂ ਧੋਣੇ ਚਾਹੀਦੇ। ਇਹਦਾ ਮਤਲਬ ਕ੍ਰੋਸ ਹੈ। ਵਾਲ ਜਿਹੜੇ ਨੇ ਵਾਲ ਹਫਤੇ ਵਿੱਚ 2 ਵਾਰ ਜ਼ਰੂਰੀ ਜ਼ਰੂਰ ਧੋਣੇ ਚਾਹੀਦੇ ਹਨ ਅਜਿਹਾ ਨਾ ਕਰਨ ਨਾਲ ਸਿਰ ਵਿੱਚ ਜੂਆਂ ਸਿੱਕਰੀ ਅਤੇ ਵਾਲਾਂ ਦਾ ਝੜਨਾ ਵਾਲਾਂ ਦਾ ਖੁਸ਼ਕ ਹੋਣਾ ਆਦ ਵਰਗੀਆਂ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਠੀਕ ਹੈ ਇਸ ਲਈ ਵਾਲਾਂ ਨੂੰ ਹਫ਼ਤੇ ਵਿੱਚ ਦੋ ਵਾਰ ਧੋਣਾ ਚਾਹੀਦਾ ਹੈ ਅਗਲਾ ਹੈ ਮੰਜਮਾ ਪੀਲੇ ਦੰਦ ਸੁੰਦਰ ਲੱਗਦੇ ਹਨ ਪੀਲੇ ਦੰਦ ਸੁੰਦਰ ਲੱਗਦੇ ਨੇ ਨੋ ਤਾਂ ਇਹਦਾ ਮਤਲਬ ਇਹ ਵੀ ਕੀ ਹੈ ਗਲਤ ਤੁਸੀਂ ਕੀ ਪੀਲੇ ਦੰਦ ਪੀੜ ਦਾ ਇਸ ਦਾ ਕਾਰਨ ਕਉਂ ਸੁਨਦੇ ਪੀਲੇ ਦੰਦ ਸੁੰਦਰ ਨਹੀਂ ਲੱਗਦੇ ਹਨ ਸਗੋਂ ਇਹ ਬਹੁਤ ਭੈੜੇ ਲੱਗਦੇ ਹਨ ਸਫੇਦ ਦੰਦ ਸਾਡੀ ਮੁਸਕਰਾਹਟ ਨੂੰ ਸੋਨਾ ਬਣਾਉਂਦੇ ਹਨ ਇਹ ਸੀਗਾ ਪੰਜਵੇਂ ਦਾ ਜਿਹੜਾ ਅਨਸਰ ਸੀਗਾ ਨੈਕਸਟ ਹੈ ਹਾਂਜੀ ਨੈਕਸਟ ਹੈ 6th ਸਰੀਰਕ ਸਫਾਈ ਲਈ ਬੱਚਿਓ ਤੁਸੀਂ ਕੀ ਕੀ ਕਰਦੇ ਹੋ ਠੀਕ ਹੈ نیچے ਇੱਕ 10 ਜਿਹੜੇ ਪੁਆਇੰਟਸ ਦਿੱਤੇ ਗਏ ਨੇ ਇਹਨਾਂ 'ਤੇ ਤੁਸੀਂ ਨਾਲ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਉਣਾ ਜੇਕਰ ਤੁਸੀਂ ਕਰਦੇ ਹੋ ਤਾਂ ਸਹੀ ਦਾ ਨਿਸ਼ਾਨ ਲਗਾਉਣਾ ਜੇਕਰ ਨਹੀਂ ਕਰਦੇ ਤਾਂ ਕਰਾਸ ਦਾ ਨਿਸ਼ਾਨ ਲਗਾਉਣਾ ਗਲਤ ਦਾ ਨਿਸ਼ਾਨ ਲਗਾਉਣਾ ਜੇਕਰ ਤੁਹਾਡੇ ਮਾ ਇਸ ਜਿਹੜਾ ਪਹਿਲਾ ਸਟੇਟਮੈਂਟਸ ਦੇਖ ਲੈਣੇ ਆ ਮੈਂ ਸਵੇਰੇ ਉੱਠਣ ਤੋਂ ਬਾਅਦ ਨਹਾ ਕੇ ਕੰਮ ਕਰਦਾ ਜੇ ਤਾਂ ਤੁਸੀਂ ਇਹ ਅਜਿਹਾ ਕਰਦੇ ਹੋ ਤਾਂ ਤੁਸੀਂ ਸਹੀ ਦਾ ਨਿਸ਼ਾਨ ਲਗਾਉਗੇ ਠੀਕ ਹੈ ਇਸ ਤਰ੍ਹਾਂ ਲਗਾਉਂਗੀ ਜੇ ਨਹੀਂ ਕਰਦੀ ਨਹਾ ਕੇ ਸਵੇਸ ਵੇਰੇ اٹਕੇ ਨਾ ਹੁੰਦੇ ਨਹੀਂ ਹੈਗੇ ਤਾਂ ਫਿਰ ਤੁਸੀਂ ਕਰਾਸ ਕਰੋਗੇ ਠੀਕ ਹੈ ਜੀ ਮੈਂ ਰੋਜ਼ ਦੰਦ ਸਾਫ ਕਰਦਾ ਹਾਂ ਸੇਮ ਠੀਕ ਹੈ ਮੈਂ ਹਫਤ ਮੈਂ ਹਫਤੇ ਵਿੱਚ ਦੋ ਵਾਰ ਧੋਂਦਾ ਧੋਂਦਾ ਹਾਂ ਮੈਂ ਵਾਲਾਂ ਨੂੰ ਸੁਵਾਰ ਕੇ ਰੱਖਦਾ ਹਾਂ ਮੈਂ ਸਮੇਂ ਸਿਰ ਨਹਾਉ ਕੱਟਦਾ ਹਾਂ ਮੈਂ ਖਾਣਾ ਖਾਣ ਤੋਂ ਪਹਿਲਾਂ ਹੱਥ ਧੋਂਦਾ ਹਾਂ ਮੈਂ ਖਾਣਾ ਖਾਣ ਤੋਂ ਬਾਅਦ ਵੀ ਹੱਥ ਧੋਂਦਾ ਹਾਂ ਮੈਂ ਸਾਫ ਕੱਪੜੇ ਪਾਉਂਦਾ ਹਾਂ ਮੈਂ ਰੋਜ਼ ਕੱਪੜੇ ਬਦਲਦਾ ਹਾਂ ਮੈਂ ਆਪਣੇ ਕਪੜੇ ਕੋਲ ਰੁਮਾਲ ਰੱਖਦਾ ਹਾਂ ਠੀਕ ਹੈ ਜੀ ਇਸ ਵਿੱਚ ਤੁਸੀਂ ਸਾਰੇ ਜਿਨ੍ਹਾਂ ਨੇ ਜਿਹੜੇ ਜਿਹੜੇ ਤੁਸੀਂ ਚੀਜ਼ਾਂ ਕਰਦੇ ਹੋ ਤਾਂ ਹਾਂਜੀ ਲਾਸਟ ਵਿੱਚ ਤੁਸੀਂ ਜਿਹੜੇ ਇਹ ਸਹੀ ਦੇ ਨਿਸ਼ਾਨ ਨੇ ਇਹ ਸਾਰੇ ਜਿਹੜੇ ਨਿਸ਼ਾਨ ਲਗਾਉਣ ਤੋਂ ਬਾਅਦ ਤੁਸੀਂ ਸਹੀ ਦੇ ਨਿਸ਼ਾਨ ਕਾਊਂਟ ਕਰ ਲੈਣੇ ਆ ਠੀਕ ਹੈ ਜੇਕਰ ਤੁਹਾਡੇ ਸਹੀ ਦੇ ਨਿਸ਼ਾਨ 1 ਤੋਂ 2 ਨਹੀਂ ਮਤਲਬ 2 ਨੇ ਤਾਂ ਤੁਸੀਂ ਕਿਉਂ ਠੀਕ ਨਹੀਂ ਹੈ ਥੋੜੀ ਸਟ੍ਰੀਟਕ ਜਿਹੜੀ ਸਫਾਈ ਹੈ ਸਹੀ ਨਹੀਂ ਹੋ ਰਹੀ ਜੇਕਰ ਤੁਸੀਂ 3 ਤੋਂ 4 ਸਹੀ ਦੇ ਨਕਸ਼ਾਨ ਲਗਾਏ ਨੇ ਤੁਹਾਡੇ ਠੀਕ ਠਾਕ ਹੈ ਮੱਧਮ ਹੈ ਜੇਕਰ ਪਾਣੀ ਤੋਂ 6 ਨੇ ਜੇ 7 ਤੋਂ 8 ਹੈ ਸਹੀ ਦੇ ਮਾਰਕਸ ਨਿਸ਼ਾਨ ਆਉਂਦੇ ਤੇ ਤੁਸੀਂ ਵਧੀਆ ਸਰੀਰਕ ਸਫਾਈ ਕਰਦੇ ਹੋ ਜੇ ਤ 9 ਤੋਂ 10 9 ਤੋਂ 10 ਹੈ ਤਾਂ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਸਰੀਰਕ ਸਫਾਈ ਕਰਦੇ ਹੋ ਜਿਹੜੇ ਬੱਚਿਆਂ ਦੇ ਸਾਰੇ ਨਿਸ਼ਾਨ ਇਹ ਸਹੀ ਆਉਂਦੇ ਨੇ ਉਹ ਬੱਚੇ ਬਹੁਤ ਹੀ ਵਧੀਆ ਨੇ ਠੀਕ ਹੈ ਐਂਡ ਤੇ ਤੁਸੀਂ ਕੀ ਕਰੋਗੇ ਇਹਦਾ ਜੋੜ ਲਗਾਉਗੇ કુલ ਅੰਕ ਔਰ ਦਰਜਾਬੰਦੀ ਖਾਦੋਗੇ ਅੰਤ ਵਿੱਚ ਵਿਦਿਆਰਥੀਆਂ ਨੂੰ ਦਰਜਾਬੰਦੀ ਦੇ ਆਧਾਰ ਤੇ ਸ੍ਰੀਜਕ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ ਠੀਕ ਹੈ ਅੰਤ ਵਿੱਚ ਜਿਹੜਾ ਅਧਿਆਪਕ ਹੈ ਉਹ ਚੈੱਕ ਕਰੇਗਾ ਕਿ ਕਿਹੜਾ ਬੱਚਾ ਸਭ ਤੋਂ ਵਧੀਆ ਸਫਾਈ ਰੱਖਦਾ ਹੈ ਇੱਥੇ ਜਿਹੜਾ ਤੁਹਾਡਾ ਚੈਪਟਰ ਹੈ ਕੰਪਲੀਟ ਹੁੰਦਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਇਹ ਚੈਪਟਰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਔਰ ਵੀਡੀਓ ਪਸੰਦ ਆਈ ਹੋਵੇਗੀ ਥੈਂਕ ਯੂ